ਪੈਰਿਸ ਓਲੰਪਿਕ ਹਾਕੀ ਦੇ ਵਿੱਚ ਭਾਰਤ ਨੇ ਰਚਿਆ ਇਤਿਹਾਸ। 52 ਸਾਲਾਂ ਦੇ ਲੰਬੇ ਸਮੇਂ ਬਾਅਦ ਆਸਟ੍ਰੇਲੀਆ ਨੂੰ ਹਰਾਇਆ। ਵੱਡੀ ਜਿੱਤ ਕੀਤੀ ਹਾਸਲ। ਪੈਰਿਸ ਓਲੰਪਿਕ ਦੇ ਆਖਰੀ ਪੋਲ ਮੈਚ ਦੇ ਵਿੱਚ ਜਿਹੜਾ ਕਿ ਸ਼ੁੱਕਰਵਾਰ ਨੂੰ ਹੋਇਆ ਸੀ, ਯਾਨੀ ਕਿ ਬੀਤੀ ਦਿਨ ਹੋਇਆ, ਉਸਦੇ ਵਿੱਚ ਭਾਰਤੀ ਹਾਕੀ ਟੀਮ ਦਾ ਮੁਕਾਬਲਾ ਆਸਟ੍ਰੇਲੀਆ ਦੇ ਨਾਲ ਹੋਇਆ ਤੇ ਕੁਆਟਰ ਫਾਈਨਲ ਤੋਂ ਪਹਿਲਾਂ ਕਪਤਾਨ ਹਰਮਨ ਸਿੰਘ ਦੀ ਟੀਮ ਨੇ ਆਸਟ੍ਰੇਲੀਆ ਨੂੰ 3-2 ਦੇ ਨਾਲ ਹਰਾਇਆ ਤੇ ਵੱਡੀ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਭਾਰਤ ਨੇ ਕੁਆਟਰ ਫਾਈਨਲ ਤੋਂ ਪਹਿਲਾਂ ਜਿੱਤ ਦੀ ਪਟੜੀ ਤੇ ਹੀ ਵਾਪਸੀ ਕਰ ਲਈ ਹੈ। ਦਿਲਚਸਪ ਗੱਲ ਇੱਥੇ ਇਹ ਹੈ ਕਿ ਭਾਰਤ ਨੇ 52 ਸਾਲਾਂ ਬਾਅਦ, ਜੀ ਹਾਂ 52 ਸਾਲਾਂ ਦੇ ਲੰਬੇ ਸਮੇਂ ਦੇ ਬਾਅਦ ਓਲੰਪਿਕ ਦੇ ਇਤਿਹਾਸ ਦੇ ਵਿੱਚ ਆਸਟ੍ਰੇਲੀਆ ਨੂੰ ਹਰਾਇਆ ਹੈ ਤੇ ਵੱਡੀ ਜਿੱਤ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ 1972 ਦੇ ਵਿੱਚ ਭਾਰਤ ਨੇ ਆਸਟ੍ਰੇਲੀਆ ਖਿਲਾਫ ਜਿੱਤ ਦਰਜ ਕੀਤੀ ਸੀ ਤੇ ਇਸ ਤੋਂ ਬਾਅਦ, ਇੰਨੇ ਟਾਈਮ ਤੋਂ ਬਾਅਦ ਜਿਹੜੇ ਕਿ ਆਸਟ੍ਰੇਲੀਆ ਨੂੰ ਮਾਤ ਨਹੀਂ ਸੀ ਦਿੱਤੀ ਗਈ ਤੇ ਪਰ ਹੁਣ 52 ਸਾਲਾਂ ਦੇ ਬਾਅਦ ਜਿਹੜੀ ਭਾਰਤ ਦੇ ਵੱਲੋਂ ਜਿੱਤ ਹੈ ਉਹ ਹਾਸਲ ਕੀਤੀ ਗਈ ਹੈ ਅਤੇ ਓਲੰਪਿਕ ਦੇ ਵਿੱਚ ਇਤਿਹਾਸ ਹੈ ਜਿਹੜਾ ਉਹ ਭਾਰਤੀ ਹਾਕੀ ਟੀਮ ਦੇ ਵੱਲੋਂ ਰਚਿਆ ਗਿਆ ਹੈ। ਤਾਂ ਇਸ ਮੌਕੇ ਜਿੱਥੇ ਪੂਰੇ ਦੇਸ਼ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ, ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਪੂਰੀ ਟੀਮ ਨੂੰ ਵਧਾਈ ਦਿੱਤੀ ਹੈ। ਉਹਨਾਂ ਦੇ ਵੱਲੋਂ ਇੱਕ ਪੋਸਟ ਪਾ ਕੇ ਸਾਰੀ ਟੀਮ ਨੂੰ ਵਧਾਈ ਦਿੱਤੀ ਗਈ ਹੈ, ਜਿਸਦੇ ਵਿੱਚ ਉਹਨਾਂ ਲਿਖਿਆ ਹੈ ਕਿ ਭਾਰਤ ਦੀ ਹਾਕੀ ਟੀਮ ਨੇ ਓਲੰਪਿਕ ਦੇ ਇਤਿਹਾਸ ਦੇ ਵਿੱਚ 52 ਸਾਲਾਂ ਬਾਅਦ ਆਸਟ੍ਰੇਲੀਆ ਨੂੰ ਅੱਜ ਹਰਾਇਆ ਹੈ। 3-2 ਦੀ ਜਿੱਤ ਨਾਲ ਟੀਮ ਦੇ ਕਪਤਾਨ ਹਰਮਨ ਸਿੰਘ ਨੇ 2 ਅਹਿਮ ਗੋਲ ਸਨ। ਸਮੁੱਚੀ ਟੀਮ ਨੂੰ ਮੁਬਾਰਕਾਂ ਅਤੇ ਕੁਆਟਰ ਫਾਈਨਲ ਦੀਆਂ ਸ਼ੁਭ ਕਾਮਨਾਵਾਂ। ਚੱਕ ਦੇ ਇੰਡੀਆ, ਤਾਂ ਅਜਿਹੀ ਪੋਸਟ ਹੈ ਜਿਹੜੀ ਭਗਵੰਤ ਮਾਨ ਦੇ ਵੱਲੋਂ ਸ਼ੇਅਰ ਕੀਤੀ ਗਈ ਹੈ ਅਤੇ ਵਧਾਈ ਜਿਹੜੀ ਹੈ ਉਹ ਪੂਰੀ ਟੀਮ ਨੂੰ ਦਿੱਤੀ ਗਈ ਹੈ। ਤਾਂ 52 ਸਾਲਾਂ ਦੇ ਵੱਡੇ ਟਾਈਮ ਪੀਰੀਅਡ ਤੋਂ ਬਾਅਦ ਜਿਹੜਾ ਭਾਰਤ ਨੇ ਆਸਟ੍ਰੇਲੀਆ ਨੂੰ ਹਰਾ ਕੇ ਵੱਡੀ ਜਿੱਤ ਹਾਸਲ ਕੀਤੀ ਹੈ, ਇਹ ਬਹੁਤ ਹੀ ਵੱਡੀ ਉਪਲਬਧੀ ਹੈ ਆਪਣੇ ਆਪ ਦੇ ਵਿੱਚ ਹੀ ਭਾਰਤ ਦੇ ਲਈ। ਸੋ ਹੁਣ ਭਾਰਤ ਨੇ ਇਹ ਜਿੱਤ ਦਰਜ ਕਰਕੇ ਕੁਆਟਰ ਫਾਈਨਲ ਦੇ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ।